ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਸਾਰੇ ਹੀ ਹਰਚੰਦ ਸਿੰਘ ਦੇ ਬਾਰੇ ਵਿੱਚ ਤਾਂ ਜਾਣਦੇ ਹੀ ਹਾਂ ਜਿਸ ਦੀ ਮੌਤ ਨੇ ਕੀ ਪੂਰੇ ਪੰਜਾਬ ਨੂੰ ਤੇ ਯੂਪੀ ਨੂੰ ਬਹੁਤ ਹੀ ਜ਼ਿਆਦਾ ਰਵਾਇਆ ਹੈ ਅਤੇ ਹਰ ਕੋਈ ਹੀ ਹਰਚਰਨ ਸਿੰਘ ਦੀ ਮੌਤ ਹੋਣ ਦੇ ਕਾਰਨ ਬਹੁਤ ਹੀ ਜ਼ਿਆਦਾ ਦੁਖੀ ਹੈ ਇੱਥੋਂ ਤੱਕ ਕਿ ਸਾਰੇ ਹੀ ਹੁਣ ਹਰਚਰਨ ਸਿੰਘ ਦੀ ਫੈਮਲੀ ਦੇ ਲਈ ਦੁਆਵਾਂ ਕਰ ਰਹੇ ਹਨ ਕਿ ਹਰਚਰਨ ਸਿੰਘ ਦੀ ਫੈਮਲੀ ਨੂੰ ਰੱਬ ਪਰਮਾਤਮਾ ਦਾ ਭਾਣਾ ਮੰਨਣ ਦੀ ਸ਼ਕਤੀ ਬਖਸ਼ੇ ਉਤੇ ਸਾਨੂੰ ਇਹ ਵੀ ਪਤਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਹਰਚਰਨ ਸਿੰਘ ਆਪਣੀ ਮੰਮੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਅਤੇ ਹਰ ਇੱਕ ਗੱਲ ਉਹਨਾਂ ਦੇ ਨਾਲ ਸ਼ੇਅਰ ਕਰਦਾ ਸੀ ਅਤੇ ਜਾਹਿਦ ਜਹੀ ਗੱਲ ਹੈ ਕਿ ਹਰਚਰਨ ਸਿੰਘ ਦੀ ਮੰਮੀ ਵੀ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੋਵੇਗੀ ਕਿਉਂਕਿ ਉਸ ਦਾ ਇੱਕੋ ਇੱਕ ਪੁੱਤ ਸੀ ਅਤੇ ਉਹਨਾਂ ਨੇ ਬੜੇ ਹੀ ਲਾਡਾ ਚਾਵਾਂ ਦੇ ਨਾਲ ਹਰਚਰਨ ਸਿੰਘ ਨੂੰ ਪਾਲਿਆ ਸੀ ਅਤੇ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅਜਿਹੀਆਂ ਫੋਟੋਆਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਕੀ ਹਰਚਰਨ ਸਿੰਘ ਅਤੇ ਉਸ ਦੀ ਮਾਤਾ ਦਿਖਾਈ ਦੇ ਰਹੇ ਹਨ ਅਤੇ ਸਾਰੇ ਹੀ ਉਹਨਾਂ ਫੋਟੋਆਂ ਨੂੰ ਦੇਖ ਕੇ ਵੀ ਬਹੁਤ ਹੀ ਜ਼ਿਆਦਾ ਦੁਖੀ ਹੁੰਦੇ ਹਨ ਕਿ ਜਦੋਂ ਹਰਚਰਨ ਸਿੰਘ ਦੀ ਮੰਮੀ ਉਹ ਫੋਟੋਆਂ ਦੇਖਦੀ ਹੋਵੇਗੀ ਤਾਂ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤਦੀ ਹੋਵੇਗੀ ਉੱਥੇ ਇੱਕ ਹੋਰ ਫੋਟੋ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਹਰਚਰਨ ਸਿੰਘ ਦੀ ਆਪਣੀ ਮੰਮੀ ਦੇ ਨਾਲ ਆਖਰੀ ਫੋਟੋ ਸੀ ਪਰ ਕਿਸ ਨੂੰ ਪਤਾ ਸੀ ਕਿ ਇਹ ਫੋਟੋ ਹਰਚਰਨ ਸਿੰਘ ਦੀ ਆਪਣੀ ਮੰਮੀ ਦੇ ਨਾਲ ਆਖਰੀ ਫੋਟੋ ਬਣ ਜਾਵੇਗੀ ਅਤੇ ਇਸ ਤੋਂ ਬਾਅਦ ਹਰਚਰਨ ਸਿੰਘ ਆਪਣੀ ਮਾਤਾ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇਗਾ ਹੁਣ ਪੂਰੇ ਪੰਜਾਬ ਦੀ ਅਤੇ ਯੂਪੀ ਦੀ ਅੱਖ ਇਹੀ ਉਡੀਕ ਕਰ ਰਹੀ ਹੈ ਕਿ ਕਦੋਂ ਹਰਚਰਨ ਸਿੰਘ ਨੂੰ ਇਨਸਾਫ ਮਿਲੇਗਾ ਅਤੇ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਅਤੇ ਉਸ ਦੇ ਪਰਿਵਾਰ ਨੂੰ ਵੀ ਸੁਖ ਦਾ ਸਾਲ ਲੈਣ ਦਾ ਮੌਕਾ ਮਿਲੇਗਾ ਕਿਉਂਕਿ ਹਰਚਰਨ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਫੈਮਿਲੀ ਉੱਪਰ ਕੀ ਭੀਤ ਰਹੀ ਹੋਵੇਗੀ ਇਸ ਤੇ ਬਾਰੇ ਵਿੱਚ ਤਾਂ ਅਸੀਂ ਸਿਰਫ ਸੋਚ ਹੀ ਸਕਦੇ ਹਾਂ ਪਰ ਅੰਦਾਜ਼ਾ ਨਹੀਂ ਲਗਾ ਸਕਦੇ ਅਤੇ ਨਾ ਹੀ ਅਸੀਂ ਉਸ ਮਾਂ ਦੀ ਪੀੜ ਦਾ ਅੰਦਾਜ਼ਾ ਲਗਾ ਸਕਦੇ ਹਾਂ ਜਿਸ ਨੇ ਕਿ 9 ਮਹੀਨੇ ਹਰਚਰਨ ਸਿੰਘ ਨੂੰ ਆਪਣੇ ਪੇਟ ਦੇ ਵਿੱਚ ਰੱਖਿਆ ਅਤੇ 17-18 ਸਾਲ ਉਸ ਨੂੰ ਪਾਲਣ ਤੋਂ ਬਾਅਦ ਜਵਾਨ ਹੋਣ ਤੋਂ ਬਾਅਦ ਉਸ ਨੂੰ ਖੋ ਲਿਆ ਹੈ ਉੱਥੇ ਹੀ ਅਚਰਨ ਸਿੰਘ ਦੀਆਂ ਭੈਣਾਂ ਨੂੰ ਵੀ ਕੀ ਤਕਲੀਫ ਹੁੰਦੀ ਹੋਵੇਗੀ ਇਸਤੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਹੋਵੇਗਾ ਉਹ ਸਿਰਫ ਉਹਨਾਂ ਭੈਣਾਂ ਨੂੰ ਹੀ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਉਹ ਆਪਣੇ ਵੀਰ ਤੋਂ ਬਿਨਾ ਆਪਣੀ ਜ਼ਿੰਦਗੀ ਨੂੰ ਬਿਤਾ ਰਹੀਆਂ ਹਨ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ